ਠੀਕ ਜੀ ਜੀ ਮਤ ਜੀ ਕਰਦੇ ਪਏ ਜੀ ਇਲਤਮਾਸੇ ਦੁਆ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਭਾਈਜਾਨ ਬਹਿ ਜਾਓ ਆਦੇ ਅਲੀਜਨ ਮਜ਼ਹਰ ਲਜਾਇਬ ਤਜਦ ਹੁਆਨਨ ਲਕਾਫਿਨ ਨਵਾਇਬ ਕੁੱਲੋ ਹਮਨ ਵਗਮਨ ਸੈਨ ਜਲੀ ਬੇ ਅਲੀਜਨ ਬੇ ਅਲੀਜਨ ਬੇ ਅਲੀ اللهم كن لوليك الحجت ابن الحسن صلواتك عليه وعلى آبائه في هذه الساعة وفي كل ساعة وليا وحافظا وقاعدا وناصرا ودليلا وعينا حقا تسكنه أرضك طوعا وتمتعه فيها طويلا يا رب الحسين بحق الحسين اسم صدر الحسين بظهور الحجة القائم اللهم صل على محمد وآل محمد وأجل فرج آل محمد مجلس آزادی مقبولیت واسطے صلوات مل کے بندے ڈھیر سارے بیٹھے ہو جناب سیدہ طیبہ طاہرہ زکیہ راضیہ مرضیہ مخدومہ عالمہ عابدہ فاضلہ تقیہ نقیہ محدثہ مریم کبریٰ شفیعہ روض جزا ام الحسن ام الحسین ام المحسن ام الستین ام ابیہا جناب سیدہ دی ذات صلوات مل کے خداوند عالم تمام عزاداران مظلوم کربلا دے گناہ معاف فرمائے مجلس دعاواں دی قبولیت دی جگہ ہے دعا مطلب ہے باقی تواڈی مرضی ہے سنو نہ سنو میرے تے فرض ہے دعا منگنا مالک اللہ ہر عزادار دے گناہ معاف فرمائے جو جس نیت دے نال آئے اللہ اس دی نیت دے مطابق اجر عطا فرمائے جس نیت دے نال پڑھے اللہ او دی نیت دے مطابق اجر عطا فرمائے ہر بندے دے دل دی دعا ہے اگر ہووے تو امین آکھ لوے مالک قبر حسین دی زیارت نصیب فرماؤ بعد از موت شفاعت حسین نصیب فرماؤ وارث زمانہ دے ظہور تاجیل فرماؤ عزاداراں نمازی تے نمازیاں عزادار بنن دی توفیق عطا فرما اللہم صلی علی محمد و آل محمد وقت بہت تھوڑا ہے صبح دا ذکر خیر جاری ہے جو پہلے پڑھ گئے سارے بہتر جن بعد وچ پڑھنے سارے اعلیٰ یہی فضائل یہی مصائب صفین دی جنگ مک گئی علی گھر والے پاس تر پے دو حصے ہیں مولا علی دے قافلے دے تواڈا تے میرا مشکل کشا مولا پچھلے حصے دے نال سفر کر رہے ملتان دے شرفا اگلا حصہ رک گیا امام المتقین نے پوچھ لیا کیوں رک گئے ہو ایک صحابی اور اون دویا پیچھا ہٹے لگ گیا علی رکن دی وجہ یہ ہے ساڈے راہ دے وچ ایک جنگل دا حیوان شیر اس سر جھکا کے رو رہا مولا دے کولوں گزر دے اندر لگ دے ہون نو ہون تو پہلے جانا نہ لے علی دیاں اکھاں وسپیاں مولا فرمایا میں بہتر جاننا او کیوں آئے دو بنے آئے کر لی میری مجلس ہو گئی سارے ہٹ گئے علی شیر دے قریب آئے شفیق ترین امام نے اُدھے سر تے ہاتھ رکھے چونکہ سخی دی نگری ہے میں دعا اتھو لینا چاہنا تواڈا دل بڑھے تو دے چھوڑے نہ بڑھے تو میری حاضری ہو گئی امام المتقین نے اُدھے سر تے ہاتھ رکھے فرمائے کیوں روندے
ਸਰ ਝੁਕਾ ਕੇ ਆਦੇ ਮੌਲਾ ਬਿਮਾਰ ਹਾਂ, ਜ਼ਈਫ ਹਾਂ, ਰਾਂਦਾ ਜੰਗਲ ਵਿੱਚ ਹਾਂ, ਜੰਗਲ ਦੇ ਹੈਵਾਨ ਮੇਰੇ ਸ਼ਿਕਾਰ ਜੋ ਜ਼ਖੀਫੀ ਦੀ ਵਜ੍ਹਾ ਤੋਂ ਰੁਕਾਵਟ ਬਣ ਗਏ, ਤੇ ਮੈਨੂੰ ਪਤਾ ਲੱਗੇ ਜੋ ਇੱਥੋਂ ਜ਼ੈਨਬ ਦਾ ਬਾਬਾ ਵੀ ਅਗੋ ਅੱਲਾਹ ਤੋਂ ਰਿਹਾਈ ਕਬੂਲ ਫਰਮਾ, ਮੈਨੂੰ ਪਤਾ ਲੱਗੇ ਜੋ ਇੱਥੋਂ ਸੈਯਦਾ ਦਾ ਬਾਬਾ ਵੀ ਅਗੋ ਦਾ। ਬਜ਼ੁਰਗ ਜ਼ਾਕਰੀਨ ਪੜ੍ਹਦਿਆਂ ਨੂੰ ਇੱਕ ਸਤਰ ਤੇ ਸਾਰੇ ਮੌਲਾ ਦੇ ਜ਼ਾਕਰੀਨ ਤੋਂ ਦੁਆ ਦੀ ਖਾਤਰ ਮੈਂ ਬਿਸਮਿਲ੍ਲਾ ਕਰ, ਮੈਨੂੰ ਪਤਾ ਲੱਗੇ ਜੇ ਤੂੰ ਸੈਯਦਾ ਦਾ ਬਾਬਾ ਪੀਆ ਗੁਜ਼ਰਦੇ। ਮੌਲਾ ਤੁਹਾਡੇ ਸਾਹਮਣੇ ਆਪਣੀ ਇਲਤਜਾ ਲੈ ਕੇ, ਨਬੀਆਂ ਦੇ ਜੋ ਮੁਸ਼ਕਿਲ ਪੁਛਾਓ ਮੇਰੀ ਮੁਸ਼ਕਿਲ ਪੁਛਾਈ ਕਰੋ। ਮੌਲਾ ਅਲੀ ਅਲੈਹਿ ਸਲਾਮ ਨੇ ਤੇ ਸਰ ਤੇ ਹੱਥ ਰੱਖਿਆ ਔਰ ਫਰਮਾਇਆ ਜਾ ਜੰਗਲ ਤੇ ਅਲੀ ਦੀ ਤਰਫੋਂ ਇੱਕ ਐਲਾਨ ਕਰਕੇ ਆ, ਮੌਲਾ ਪੈ ਫਰਮਾਇਆ ਅੱਗੋਂ ਮੇਰੇ ਰਾਹ ਵਿੱਚ ਰੁਕਾਵਟ ਨਾ ਬਣਾਏ। ਜਿਸ ਜਾ ਤੇ ਤੁਹਾਡੀ ਤਵੱਜੋ ਹੋ ਗਈ ਉੱਥੇ ਹੀ ਇੱਕ ਮਿੰਟ ਕਰਦੇ ਸਾਂ, ਉਹ ਜੰਗਲ ਗਈ ਆ, ਅਲੀ ਬਹਿ ਗਏ ਸਾਹਾਬੀਆਂ ਦੇ ਤੁਰੋ, ਫਰਮਾਇਆ ਇੱਕ ਮਿੰਟ ਰੁਕ ਜਾਓ। ਥੋੜ੍ਹੀ ਦੇਰ ਗੁਜ਼ਰੀ, ਉਹ ਸ਼ੇਰ ਵਾਪਸ ਆਏ ਮੁਲਤਾਨ ਦੇ ਸ਼ੁਰਫਾ, ਮੂੰਹ ਵਿੱਚ ਚਾਏ ਹੋਏ ਆਪਣਾ ਇੱਕ ਛੋਟਾ ਜਿਹਾ ਬੱਚਾ, ਅਲੀ ਦੇ ਕਦਮਾਂ ਤੇ ਉਹ ਬੱਚਾ ਰੱਖਿਆ ਦੇ, ਤੈਂ ਮੇਰੇ ਤੇ ਇਹਸਾਨ ਕੀਤਾ ਹੈ, ਤੈਨੂੰ ਬੇਮਣ ਵਾਸਤੇ ਹੋਰ ਕੁਝ ਨਹੀਂ, ਮੇਰੀ ਸਾਰੀ ਕਾਇਨਾਤ ਇਹ ਹੈ, ਹੱਦੀਆਂ ਸਮਝ ਕੇ ਲੈ ਕੇ ਟੁਰ ਜਾ। ਅੱਲਾ ਤੁਹਾਡੇ ਤਰਾਦੀ ਹੋਵੇ ਜਿੱਥੇ ਬਿਸਮਿਲ੍ਲਾ ਕਰ, ਇਹ ਹੱਦੀਆ ਹੈ ਤੇ ਲੈ ਕੇ ਟੁਰ ਜਾ। ਵਾਰੀ ਥੋੜੀ ਹਾਏ ਨਿਕਲੀਏ ਤੇ ਇਮਾਮ ਉਲ ਮੁਤਕੀਨ ਦੀਆਂ ਚੀਖਾਂ ਬੁਲੰਦ ਹੋਈਆਂ, ਸਾਹਾਬੀਆਂ ਦੇ ਨਾਲ ਰੋਂਦੇ ਕਿਉਂ? ਫਰਮਾਇਆ ਜੋ ਮੈਂ ਵੇਖਿਆ ਉਹ ਤੁਹਾਨੂੰ ਨਜ਼ਰ ਨਹੀਂ ਆਇਆ। ਯਾ ਅਲੀ ਸ਼ਾਨ ਵੀ ਦੱਸੋ, ਫਰਮਾਇਆ ਤੁਹਾਨੂੰ ਵਕਤ ਸਮਝਾ ਦੇ ਸੀ ਮੈਂ ਕਿਉਂ ਰੋਣਾ। ਉਹ ਘਰ ਤੁਰ ਗਏ, ਅਲੀ ਆਪਣੇ ਘਰ ਚਲੇ ਗਏ, ਮੌਲਾ ਉਹ ਬੱਚਾ ਲੈ ਕੇ ਆਪਣੇ ਘਰ ਵਿੱਚ ਦਾਖਲ ਹੈ। ਇੱਜ਼ਤ ਇਮਾਮ ਹੁਸੈਨ ਦੀ ਕਸਮ, ਮੈਂ ਪਾਕ ਨਗਰੀ 'ਚ ਖੜਾ ਤੇ ਇਤਨੇ ਸ਼ਰੀਫ ਅਦਾਦਾਰ ਖਲੋ ਕੇ ਗੱਲ ਪੇ ਕਰਦਾ, ਅਲੀ ਦੀ ਸਾਰੀ ਔਲਾਦ ਨੂੰ ਇਹਦੇ ਨਾਲ ਮੁਹੱਬਤ ਆਈ। ਮਾਤਮੀਆਂ ਨਾਲ ਗੱਲ ਹੈ, ਜੇ ਵਸ ਹੋਵੇ ਤਾਂ ਕਰ ਲਵੇ, ਜੱਗ ਤੋਂ ਵੱਖਰੀ ਮੁਹੱਬਤ ਆਈ ਹੁਸੈਨ ਨੂੰ ਇਸ ਨਾਲ। ਅਗਲੇ ਹਾਏ ਕੀਤੀ ਹੈ, ਬਾਕੀਆਂ ਨੂੰ ਸ਼ਾਇਦ ਗੱਲ ਸਮਝ ਨਹੀਂ ਆਈ, ਏਡੀ ਮੁਹੱਬਤ ਆਈ, ਜਿੱਥੋਂ ਸ਼ਬੀਰ ਮੂੰਹ ਕਦਮ ਚਾਵਿਆ ਇਹ ਉਥਾਂ ਹੀ ਮੂੰਹ ਰੱਖਿਆ, ਜਿੱਥੋਂ ਸ਼ਬੀਰ ਕਦਮ ਚਾਹੁੰਦਾ ਇਹ ਉਥਾਂ ਹੀ ਮੂੰਹ ਰੱਖਦਾ, ਇਤਨੀ ਮੁਹੱਬਤ ਆਈ ਇਸ ਵਿੱਚ। ਆਖਿਰ ਵਕਤ ਗੁਜ਼ਰਦਾ ਆ, ਇੱਕ ਦਿਹਾੜੇ ਨਾ ਮੌਲਾ ਅਲੀ ਦੇ ਕੋਲ ਇਮਾਮ ਹੁਸੈਨ ਗਏ, ਅਲੀ ਅਲੈਹਿ ਸਲਾਮ ਫਰਮਾਇਆ ਹੁਸੈਨ ਤੈਨੂੰ ਉਹਦੇ ਨਾਲ ਬੜੀ ਮੁਹੱਬਤ ਜੀ ਬਾਬਾ, ਬੜੀ ਮੁਹੱਬਤ ਹੈ। ਅਲੀ ਫਰਮਾਇਆ ਮੁਹੱਬਤ ਜੋ ਹੈ ਉਹਦਾ ਕੋਈ ਨਾਂ ਰੱਖਈ, ਕਿਹੜਾ ਸ਼ੀ ਹੈ ਜਿਹੜਾ ਬੈਠਾ ਸਖੀ ਦੀ ਨਗਰੀ ਵਿੱਚ ਹੋਵੇ ਤੇ ਉਹਦੀ ਹਾਏ ਨਾ ਨਿਕਲੇ। ਅਲੀ ਫਰਮਾਇਆ ਕੋਈ ਨਾਂ ਰੱਖਈ, ਵਸ ਪਈਆਂ ਅੱਖਾਂ ਹੁਸੈਨ ਦੀਆਂ, ਫਰਮਾਇਆ ਬਾਬਾ ਨਾਂ ਤਾਂ ਰੱਖੀਂਦੇ ਨੇ ਜੇ ਸਦਣਾ ਹੋਵੇ। ਥੋੜੇ ਬੰਦਿਆਂ ਦੀ ਹਾਏ ਨਿਕਲੀ, ਅਲੀ ਫਰਮਾਇਆ ਹੋ ਸਕਦਾ ਹੀ ਕਦੀ ਸਦਣਾ ਪਾਏ ਜਾ, ਮਰਹਬਾ ਬਈ ਮਰਹਬਾ, ਹੋ ਸਕਦਾ ਹੀ ਵਕਤ ਬਦਲਵੇ। ਬਾਬਾ ਫਿਰ ਜੋ ਤੁਸੀਂ ਨਾ ਰੱਖੋ ਮੈਨੂੰ ਕਬੂਲ ਹੈ, ਫਰਮਾਇਆ ਜਾ ਮੈਂ ਨਾ ਰੱਖੇ ਅਬੁਲ ਹਾਰਿਸ, ਕਿ ਨਾ ਰੱਖੇ ਅਬੁਲ ਹਾਰਿਸ ਨਾ ਰੱਖੇ। ਵਕਤ ਗੁਜ਼ਰ ਗਿਆ, ਸ਼ੇਰ ਜਵਾਨ ਹੋ ਗਿਆ, ਅਲੀ ਮਸਜਿਦ ਘਟਾਉਂਦੇ ਬੈਠੇ ਨੇ, ਕੁਝ ਸਹਾਬੀ ਅਲੀ ਦੇ ਕੋਲ ਆ ਗਏ। ਮੈਂ ਸਹਾਬੀ ਆਖ ਸਕਦਾ, ਉਹਨਾਂ ਕਿ ਯਾ ਅਲੀ ਇੱਕ ਸ਼ਿਕਾਇਤ ਹੈ, ਇੱਕ ਇਲਤਜਾ ਹੈ, ਇੱਕ ਅਪੀਲ ਹੈ। ਅਲੀ ਫਰਮਾਇਆ ਕਿ ਉਹਨਾਂ ਕਿ ਤਰੇ ਟਾਈਮ ਤੇਰੇ ਪਿੱਛੇ ਨਮਾਜ਼ ਪੜ੍ਹਨੀ ਹੁੰਦੀ, ਦਰਵਾਜ਼ੇ ਤੇ ਬੈਠਾ ਹੁੰਦਾ ਹੈ ਹੁਸੈਨ ਦਾ ਅਬੁਲ ਹਾਰਿਸ, ਕੋਈ ਤਾਂ ਹੁਸੈਨ ਦਾ ਅਬੁਲ ਹਾਰਿਸ ਬੈਠਾ ਹੁੰਦਾ। ਮੌਲਾ ਫਰਮਾਇਆ ਫਿਰ ਉਹਨਾਂ ਕਿ ਯਾ ਅਲੀ ਤੇਰੀ ਮਿੰਨਤ ਕਰਦੇ ਆ, ਸ਼ਬੀਰ ਨੂੰ ਆਖ ਇਹਨੂੰ ਟੋਰ ਛੋੜ। ਕਹਿਣ ਤਾਂ ਗੱਲ ਸਮਝ ਆਈ ਉਹ ਸੀ, ਸ਼ਬੀਰ ਨੂੰ ਆ ਕੇ ਨਟੋਰ ਛੋੜੇ। ਅਲੀ ਰੋ ਕੇ ਫਰਮਾਇਆ ਸ਼ਿਕਾਇਤ ਜੋ ਲੈ ਆਏ ਉਸ ਕਦੀ ਕੁਝ ਆਖਿਆ ਹੀ ਹੈ? ਅਦਨ ਯਾ ਅਲੀ ਉਹ ਕੁਝ ਨਹੀਂ ਆਦਾ, ਬਸ ਸਾਹ ਝੁਕਾਈ ਰਹਿੰਦੇ ਤੇ ਬੈਠੇ ਰਹਿੰਦੇ। ਅਲੀ ਅਦਨ ਸ਼ਿਕਾਇਤ ਕਿਉਂ ਲੈ? ਉਹਨਾਂ ਕਿ ਉਹਦੇ ਕੋਲੋਂ ਗੁਜ਼ਰਦੇ ਆ ਡਰ ਲੱਗਦਾ ਹੈ, ਉਹ ਮੈਂ ਸ਼ੀਆ ਤੇਰੀ ਹਾਏ ਨਾ ਨਿਕਲੇ। ਅਲੀ ਫਰਮਾਇੰਦੇ ਨੇ ਤੁਹਾਨੂੰ ਡਰ ਨਹੀਂ ਲੱਗਦਾ, ਤੁਹਾਨੂੰ ਹੁਸੈਨ ਵਸਦਾ ਚੰਗਾ ਨਹੀਂ ਲੱਗਦਾ, ਡਰ ਨਹੀਂ ਤੁਹਾਨੂੰ ਮੇਰਾ ਬਚੜਾ ਵਸਦਾ ਚੰਗਾ ਨਹੀਂ ਲੱਗਦਾ, ਜਾਓ ਟੁਰ ਜਾਓ, ਵਾਦਾ ਕਰੇ ਨਾ ਅੱਜ ਤੋਂ ਬਾਅਦ ਤੁਹਾਨੂੰ ਮਦੀਨੇ ਚ ਨਜ਼ਰ ਨਾ। ਅਲਹਮਦੁਲਿਲਾ, ਥੋੜਾ ਆਵਾਜ਼ ਦੇ ਛੱਡਣਾ, ਜਾਓ ਟੁਰ ਜਾਓ, ਅੱਜ ਤੋਂ ਬਾਅਦ ਤੁਹਾਨੂੰ ਮਦੀਨੇ ਚ ਨਜ਼ਰ ਨਾ ਆਸੀ, ਬਸ ਖਤਮ ਹੋ ਗਈ ਗੱਲ। ਇੱਕ ਵੈਣ ਸੁਣ ਲਓ, ਇੱਜ਼ਤ ਵਾਲੇ ਮੌਲਾ ਦੇ ਜ਼ਾਕਰੀਨ ਦੇ ਹਵਾਲੇ ਮਿੰਬਰ ਕਰਾਂ, ਉਹ ਟੁਰ ਗਏ, ਰੱਬ ਜਾਣੇ ਕਦੋਂ ਸਰਦਾਰ ਨੌਕਰ ਆ ਗਏ। ਆਓ ਦਰਵਾਜ਼ੇ ਤੇ ਅਬੁਲ ਹਾਰਿਸ ਹੁਸੈਨ ਅੰਦਰ ਹੈ ਤੇ ਡਿੱਠਸ ਬਾਬਾ ਰੋਂਦਾ ਬੈਠਾ, ਨਿੱਕੇ ਨਿੱਕੇ ਹੱਥ ਜੋੜ ਕੇ ਆਦੇ ਕਹਿ ਰੋਵਾਏ। ਅਲੀ ਰੋ ਕੇ ਫਰਮਾਇਆ ਤੇਰੀਆਂ ਦੁੱਖਾਂ ਰੋਵਾਏ,
ਬਾਬਰ ਕਿਹੜੇ ਦੁੱਖ ਰਵਾਏ? ਅਲੀ ਫਰਮਾਉਂਦੇ ਹਨ ਮਦੀਨੇ ਦੇ ਬੰਦੇ ਆਏ ਹਨ, ਉਹ ਪਿਆ ਦੇ ਹਨ ਹੁਸੈਨ ਨੂੰ, ਆਖੋ ਕੋਲ ਹਾਰਿਸ ਕੋਟੋਰੇ ਤੁਸਾਂ ਹਾਏ ਕੀਤੀ ਹੈ, ਵਜੂਦ ਕੰਬ ਗਿਆ ਹੁਸੈਨ ਦਾ, ਕੰਬਦੇ ਲਹਿਜੇ ਨਾਲ ਆਦੇ ਤੁਸਾਂ ਕੀ ਆਖੇ? ਫਰਮਾਇਆ ਮੈਂ ਵਾਅਦਾ ਕਰ ਬੈਠਾ ਖੁਦਾ ਦੀ ਕਸਮ ਹੈ, ਇੰਜ ਹੱਥ ਜੋੜ ਗਿਆ ਦੇ ਬਾਬਾ ਵਾਅਦੇ ਤੋਂ ਪਹਿਲੇ ਪੁੱਛੇ ਤਾਂ ਹਾਂ ਉਹਦਾ ਕਸੂਰ ਕਿਆ ਹੈ, ਉਸ ਗਰੀਬ ਦਾ ਜੁਰਮ ਕਿਆ ਹੈ? ਨਹੀਂ ਹੁਸੈਨ ਮੈਂ ਵਾਅਦਾ ਕਰ ਛੋੜੇ ਜਾ ਉਸ ਨੂੰ ਟੋਰ। ਇਮਾਮ ਹੁਸੈਨ ਉਹਦੇ ਕੋਲ ਹੈ, ਸ਼ਬੀਰ ਬੋਲੇ ਨਹੀਂ, ਅੱਖਾਂ ਅਲੀ ਅਕਬਰ ਦੇ ਬਾਬੇ ਦੀਆਂ ਵਸਦੀਆਂ ਤੇ ਪਈਏ ਅਬੁਲ ਹਾਰਿਸ ਦੀ ਨਿਗਾਹ ਵੀ ਸਰਦਾਰ ਰੋਂਦਾ ਹੈ, ਆਖਿਰ ਹੈਵਾਨ ਨਹੀਂ ਤੇ ਵਫਾਦਾਰ ਤੜਪ ਕੇ ਉੱਠੇ, ਮੇਰੇ ਜੀ ਦੇ ਕਹਿ ਰੁਆਈ ਜੁਮਲਾ ਹੀ ਕੋਈ ਜੇ ਵਸ ਚੋਵੇ ਤੇ ਕਰਿਆ ਹਾਏ ਕਹਿ ਰੁਆਈ ਸ਼ਬੀਰ ਠੰਡਾ ਸਾਹਿਬ ਹਰ ਕੇ ਅਦਨ ਤੇਰੀ ਜੁਦਾਈ। ਮੈਂ ਜੁਦਾਈ ਦਾ ਲਫ਼ਜ਼ਾ ਕਿਹਦ ਥੋੜੇ ਬੰਦੇ ਹਾਏ ਕੀਤੀ, ਸ਼ਬੀਰ ਦੇ ਮੂੰਹ ਚੋਂ ਜੁਦਾਈ ਨਿਕਲੀ ਹੈ ਤੇ ਨਕਸ਼ਾ ਬਦਲ ਗਿਆ, ਅੱਗੇ ਹੁਸੈਨ ਅੱਗੋਂ ਟੁਰਦਿਆਂ ਨੇ, ਇਹ ਪਿੱਛੋਂ ਟੁਰਦਾ ਮੁਲਤਾਨ ਲਿਓ, ਅੱਜ ਇਹ ਅੱਗੋਂ ਭਜਿਆ ਤੇ ਸ਼ਬੀਰ ਪਿੱਛੋਂ ਟੁਰਿਆ ਤੇ ਭਜਿਆ ਅਬੁਲ ਹਾਰਿਸ ਤੇ ਮਾਰੀ ਸੋ ਸਿੱਧਾ ਬੀਬੀ ਸੈਯਦਾ ਦੇ ਦਰਵਾਜ਼ੇ ਤੇ ਟੱਕਰ, ਅੰਦਰੋਂ ਬੀਬੀ ਜ਼ੈਨਬ ਬਾਹਰ ਆ ਕੇ ਦੀ ਕਿਉਂ ਰੋਨਾ ਹੈ ਸਰ ਝੁਕਾ ਕੇ, ਤੇ ਮਾਂ ਦਾ ਵਾਸਤਾ ਹੀ ਵੀਰ ਤੋਂ ਪੁੱਛ ਮੇਰਾ ਕਸੂਰ ਕਿਆ? ਮੈਂ ਤਾਂ ਕਦੀ ਕਹਿਣ ਨੂੰ ਕੁਝ ਨਹੀਂ ਆਖਿਆ, ਮੈਂ ਤਾਂ ਤੁਹਾਡੇ ਦਰਵਾਜ਼ਿਆਂ ਤੇ ਚੁੱਪ ਕਰਕੇ ਰੋਂਦਾ ਰਹਿੰਦਾ, ਮੈਂ ਤਾਂ ਸ਼ਿਕਾਰ ਵੀ ਨਹੀਂ ਖੇਡਦੀ। ਇਤਨੇ ਤਾਈ ਸ਼ਬੀਰ ਆ ਗਏ, ਵਕਤ ਥੋੜੇ ਬਸ ਵਹਿਣ ਕਰਾ, ਇਤਨੇ ਤਾਈ ਸ਼ਬੀਰ ਆ ਗਏ, ਭੈਣ ਕੋਈ ਇਸ਼ਾਰਾ ਕੀਤਾ ਜਾ ਟੁਰ ਜਾ, ਮੈਂ ਇਸ ਨਾਲ ਵਿਦਕ ਕਰਾਵਾਂ। ਤੁਹਾਡੇ ਇਸ ਮਜਮੇ 'ਚ ਕੋਈ ਬੰਦਾ ਹੈਵਾਨ ਦੀ ਨਫਸੀਆਤ ਜਾਣਦੇ ਉਸ ਬੰਦੇ ਨੂੰ ਗੱਲ ਢੇਰ ਸਮਝ ਜਾ ਸੀ। ਮੱਠੇ ਮੱਠੇ ਕਦਮ ਚਾਇਨ ਅਬੁਲ ਹਾਰਿਸ ਹਾਲਤੇ, ਟੁਰਦਾ ਸ਼ਬੀਰ ਦੇ ਪਿੱਛੇ ਵੇਦਾ ਬੀਬੀ ਦਾ ਫੈਮਾ, ਟੁਰਦਾ ਉਦੇ ਤੇ ਵੇਦਾ ਸੈਯਦਾ ਦਾ ਦਰਬਾਰ ਜੋ ਮੱਤਾ ਮੇਰੀ ਸਿਫਾਰਿਸ਼ ਕਰਦੀ ਹੋਵੇ। ਮਦੀਨੇ ਦੇ ਬਾਹਰ ਸ਼ਜਰਤੁਲ ਵਿਦਾ ਖੁਲਾ ਕੇ ਇਮਾਮ ਦੇ ਸਰ ਦੇ ਹੱਥ ਫੇਰਾ, ਸੈਯਦਾ ਦੇ ਵੰਜਣ ਤੋਂ ਪਹਿਲੇ ਮੈਨੇ ਇੱਕ ਗੱਲ ਦਾ ਜਵਾਬ ਦੇ ਚਾ, ਇਹੋ ਹੀ ਲਫ਼ਜ਼ ਹੈ, ਇਹੋ ਹੀ ਵਹਿਣ ਹੈ, ਇੱਥਾਂ ਹੀ ਮਿੰਬਰ ਛੋੜਾਂ। ਮੌਲਾ ਕੀ ਪੁੱਛਣਾ ਚਾਹੁੰਦੇ? ਫਿਰ ਮੈਨੇ ਏਡਾ ਅਰਸਾ ਤੋਂ ਮੇਰੇ ਘਰ ਰਹਿ ਗਏ, ਅੱਜ ਤੇਰੀ ਤੇ ਮੇਰੀ ਹੈ ਜੁਦਾਈ, ਵੰਜਣ ਤੋਂ ਪਹਿਲੇ ਮੈਨੇ ਇੱਕ ਗੱਲ ਦਾ ਜਵਾਬ ਦੇ, ਕਦੀ ਮੇਰੀਆਂ ਭੈਣਾਂ ਤੇਰੀ ਖੁਰਾਕ ਵਿੱਚ ਕਮੀ ਤਾਂ ਨਹੀਂ ਕੀਤੀ? ਜਾਂ ਅਮੀਰ ਬਣ ਗਏ ਇਹ ਗੱਲ ਸਮਝ ਨਹੀਂ ਆਈ? ਆਦੇ ਨਹੀਂ ਮੌਲਾ, ਫਰਮੈਂਦੇ ਨੇ ਕਦੀ ਤੱਸਾ ਤਾਂ ਨਾ ਸੁੱਤਾ, ਆਦੇ ਨਹੀਂ ਮੌਲਾ, ਫਰਮੈਂਦੇ ਨੇ ਬਾਤ ਇਤਨਾ ਦੱਸ ਜਾ, ਮੈਂ ਤੇਰੇ ਤੋਂ ਦੂਰ ਆਵਾਂ ਤੂੰ ਮੇਰੇ ਤੋਂ ਦੂਰ ਹੋਵੇ, ਤੇ ਮੈਂ ਗਰੀਬ ਤੇ ਕੋਈ ਔਖਾ ਵੇਲਾ ਆਵੇ ਮੈਂ ਸੱਦਾ ਸੁਜਾਣ ਲੈਸੇ। ਪਤਾ ਨਹੀਂ ਤੁਹਾਡੀ ਤਬੀਅਤ ਤੇ ਕੀ ਅਸਰ ਹੈ, ਦਿਲ ਧੜਕੇ ਅਸਾ ਕਿ ਮੌਲਾ ਤੂੰ ਜਿਤਨਾ ਦੂਰ ਹੋ ਤੂੰ ਸੱਟ ਮੈਂ ਸੁਣ ਰਹੇ ਸਾਂ, ਪਰ ਮੌਲਾ ਗੱਲ ਪੂਰੀ ਕਰ, ਸੈਯਦਾ ਦੇ ਅਗਰ ਮੈਂ ਨਾ ਹੋਇਆ। ਮੈਂ ਅਦਾਰਾ ਚ ਗੱਲ ਕੀਤੀ ਹੈ ਤਾਂ ਤੁਸੀਂ ਗੱਲ ਨਹੀਂ ਸਮਝੀ, ਮੈਂ ਬੋਲੋ ਨਾ ਹੋਇਆ, ਕੋਈ ਮੇਰਾ ਵਿਰਾ ਸੱਦੀ ਸੁਜਾਣ ਲੈ ਸੇ, ਅਦਾ ਮੌਲਾ ਜ਼ਰੂਰ ਸੁਣ ਰਹੇ ਸਾਂ, ਸੈਯਦ ਰੋ ਕੇ ਦੇ ਅਗਰ ਮੇਰਾ ਵਿਰਾ ਵੀ ਨਾ ਹੋਇਆ। ਇਮਾਮ ਦਿਨ ਮੈਂ ਨਾ ਹੋਵਾਂ, ਮੇਰਾ ਭਰਾ ਨਾ ਹੋਵੇ, ਮੇਰਾ ਪੁੱਤਰ ਨਾ ਹੋਵੇ, ਸੈਯਦ ਚੁੱਪ ਕਰ ਗਏ, ਘਬਰਾ ਕੇ ਆਦੇ ਗੱਲ ਮੁਕੰਮਲ ਕਰ, ਮੇਰਾ ਜਿਗਰ ਫਟਦਾ, ਗਰੀਬ ਆਦੇ ਕਿਵੇਂ ਦੱਸਾਂ ਮੇਰੀ ਗੈਰਤ ਦਾ ਮਸਲਾ। ਆਦੇ ਮੌਲਾ ਮੈਂ ਮਰਵੇ ਸਾਂ, ਸੈਯਦ ਆਦੇ ਹੌਸਲਾ ਰੱਖ, ਮੈਂ ਦੱਸੇ ਨਾ, ਮੈਂ ਨਾ ਹੋਵਾਂ, ਮੇਰਾ ਭਰਾ ਨਾ ਹੋਵੇ, ਮੇਰਾ ਪੁੱਤਰ ਨਾ ਹੋਵੇ, ਕੋਈ ਮੇਰੀ ਧੀ ਛੱਡ ਮਾਰੀ ਸੁਝਾੜ। ਸਹਾਇ ਕੀਤੀ ਹੈ ਸ਼ੇਰ ਦਾ ਮੱਥਾ ਮਿੱਟੀਆਂ ਤੇ ਵੰਜ ਲੱਗਿਆ, ਦਾ ਤੇਰੀ ਧੀ ਕਿਉਂ ਸਨੇ ਸੀ ਸੈਯਦਾ, ਤੈ ਵਕਤ ਬਦਲ ਵੈਂਦੇ ਰਾਂਦ, ਅਮੀਰ ਉੱਜੜ ਵੈਂਦੇ ਰਾਂਦਨ, ਬਾਦਸ਼ਾਹ ਗਰੀਬ ਹੋ ਵੈਂਦੇ ਰਾਂਦਨ, ਦਾ ਸੁਣਨੇ ਸਹੀ ਕੋਈ ਨਾ ਮੌਲਾ ਜ਼ਰੂਰ ਸੁਣਨੇ ਸਾ, ਸੈਯਦਾ ਦੇ ਜੰਗਲ ਮੈਂ ਨਵਾ ਦੇ ਜੰਗਲ ਚ ਲਗਾਵਾ, ਦਾ ਮੁਹਰਮ ਦੀ ਢਲਦੀ ਦੀ ਗਰੋਸੀ ਐ ਕੰਨ ਕਰ ਬਲਾ ਦੁ ਰੱਖ ਬਵੇ, ਮੇਰੀ ਚਾਰ ਸਾਲਾਂ ਦੀ ਸਕੀਨਾ ਸਨੇ ਸੀ ਸੈਯਦਾ ਦੇ ਲਗਾਇਆ ਵੇ, ਸਕੀਨਾ ਉਜੜ ਗਈ ਉਸਿਆ। ਅਜੇ ਜਿਹੜੇ ਅਮੀਰ ਬਣ ਗਏ ਤੁਸੀਂ ਜਾਣੋ ਸਖੀ ਦੀ ਨਗਰੀ, ਜਾਣੇ ਤੁਰ ਗਿਆ ਸ਼ੇਰ, ਬਦਲ ਗਿਆ ਜ਼ਮਾਨਾ, ਟੁੱਟ ਗਏ ਰਾਮ ਦੋ ਨੁਕਰ ਬੁਲਾਇਆ, ਸਤਰੀ ਨੂੰ ਪਾਣੀ ਬੰਦ ਹੋਇਆ, ਵਸ ਚੋਵੀ ਤੇ ਬੈਠਾ ਹੀ ਮਜਲਿਸ ਚੋਵੇਂ, ਦਿਲ ਦੇ ਕਬਰੇ ਹੁਸੈਨ ਵੀ ਇੱਕ ਵਾਰੀ ਇਤਨੀ ਉੱਚੀ ਹਾਇ ਕਰੇ, ਤੇਰਾ ਜ਼ਮੀਰ ਮੁਤਮੈਨ ਹੋ ਜਾਏ, ਬੱਦੇ ਅਹਿਰਾਮ ਟੁੱਟ ਗਏ ਦੋ ਨੁਕਰ ਬੁਲਾ, ਸਤਰੀ ਨੂੰ ਪਾਣੀ ਬੰਦ ਹੋਇਆ, ਦਾਮੀ ਦਾ ਡੀ ਚੜੇ ਬਾਗੇ ਬਤੋਲ ਤੇ ਲੁੱਟ ਪੈ ਗਈ, ਸਾਰੇ ਮਾਰੇ ਗਏ, ਡੀ ਗਿਰ ਦਾ ਟਾਈਮ ਹੋਇਆ, ਇੱਕ ਬੇਗੈਰ ਦੂਏ ਕੋਲ ਗਈ ਆ, ਆਦੇ
جنگ مک گئی ہے ہن کے کرنے ہم دے غیرت دے کہ اکھے جنگ مک گئی ہے چار سے کر فوج دے لاشا دین گھوڑے بجا کل زینب بھران پہچان نہ سکے انہیں گھوڑے بھجاون دا پروگرام بنائے قافلہ ود کے آدھے حبیب ساڈا رشتہ دار ای ظالم آدھے چالو حبیب دلہ چویے غریب دیا گٹیاں رگا چوا دا یہ شکر ہے میرا بڑھڑا صحابی بچ گیا بریر دلہ چویے غریب دے دریے زہیر دلہ چویے غریب دے دریے اللہ میرے سامنے ہاتھ لا کے آدھے قافلہ ودے آدھے غازی ساڈا رشتہ دار ظالم آدھے چالو غازی دلہ آج غازی نو سارا لے چیم دیر غازی پیرا لے پاس لڑوے مدائے پیرا لے پاس چیم دیر غازی سارا لے پاس لڑوے مدائے کٹیاں رے گچوا دائے میری لاش تیراج کے پجا پیا گھوڑے آئے ظالم کو نجفا دا ان موت کبار دی ہائے وہ کھاؤ گئیے نہ دے فضیادہ بندہ کیڑا جڑا غریب دی غربت نہیں روندہ ہر قیم دی لاش جمی گئی جا کے علماء تو پچھے نہ کوئی حسین دا وارس آیا نہ کوئی اکبر دا وارس آیا نہ کوئی اصغر دا وارس آئی دو نو لکھ بھجے تے چٹے وال فضا کھولے زینب اجڑ گئی ہے آوے گھرا کلا ودا مریم دی بی بی آدھی سکینہ جل دیا تیبیتے جڑ ابول ہارے سنو ساد مار سکینہ وال کھول کے آدھی جل دیا میرا بابا بیا مریم دی شیر مٹیا پٹیم دا بھجدا دے آدھے او سویلے سڑی ای جدا مار موک گئے او سویلے سڑی ای جدا چاچا مارا گیا ایک بغیرت آدھے ہوڑ کے کرمے اے حرامی آدھے ہوڑ لوٹ لو برکا بی بی آلی آدھا لعنت اللہ علیہ وسلم